बात स्वागत है जी। फोन कॉल्स आ रही हैं, जानने की कोशिश करते हैं कि कुछ प्रतिक्रम सानू देना चाहते हैं साढ़े व्यूअर्स। सत श्रीकाल जी, तुसी ऑन एयर हो, कौन बोल रहे हो, कितों बोल रहे हो? सत श्रीकाल जी, माफ करना मैं भुलना जावा, ये सिर्फ तीन ही कमीशन बैठे बगाड़ी कांग ते एक चीफ जस्टिस कच्चू ने भी इन्वेस्टिगेट किया हुआ है जी 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 जी, ਤੁਹਾਨੂੰ ਸ਼ਾਇਦ ਯਾਦ ਨਾ ਹੋਵੇ ਜੀ ਜੀ। ਦੇਖੋ ਪਹਿਲਾਂ ਤਾਂ ਅਕਾਲੀ, ਆਈ ਐਮ ਸੌਰੀ, ਆਈ ਐਮ ਟੋਟਲੀ ਬਲੇਮਿੰਗ ਜਿਹੜੀ ਖਾਸ ਕਰਕੇ ਜਿਹਦੇ ਕੰਨੇ ਅਸੀਂ ਪੰਥਕ ਹਾਂ, ਅਸੀਂ ਪੰਜਾਬੀਆਂ ਦੀ ਮਾਂ ਬੋਲੀ ਦੇ ਰਾਖੇ ਹਾਂ, ਦੈਟਸ ਅਕਾਲੀ ਪਾਰਟੀ, ਆਈ ਬਲੇਮ ਦੈਮ। ਰੀਜ਼ਨ ਬੀਇੰਗ ਅਸੀਂ ਕਹਿੰਦੇ ਜੀ ਸਿਰੇ ਤੋਂ ਨਕਾਰਦੇ ਹਾਂ ਜਿਹੜੀ ਚੀਫ ਜਸਟਿਸ, ਕਿਉਂਕਿ ਇਹ ਫਲਾਣੇ ਦਾ ਰਿਸ਼ਤੇਦਾਰ, ਫਲਾਣੇ ਦਾ ਰਿਸ਼ਤੇਦਾਰ ਹੈ ਜੀ। ਜੇ ਉਹ ਨਕਾਰਦੇ ਹੈ ਤਾਂ ਦੇ ਗਾ ਨੋ ਰਾਈਟ ਵਟ ਸੋ ਐਵਰ ਜੀ ਟੂ ਟੇਕ ਪੋਕ ਦੇ ਓਨ ਨੋਸ ਜੀ। ਹੁਣ ਉਹ ਵੀ ਉਹਨਾਂ ਦਾ ਫਰਜ਼ ਹੀ ਨਹੀਂ ਬਣਦਾ ਇਹਦੇ ਤੇ ਕੋਈ ਕਮੈਂਟ ਕਰਨ ਜੀ। ਉਹ ਅੰਦਰੋਂ ਚੋਰੀ ਹੈ ਨਾ ਜਿਹੜੀ, ਉਹਨਾਂ ਨੂੰ ਟਿਕਣ ਨਹੀਂ ਦਿੰਦੀ ਜੀ, ਬਈ ਅਸੀਂ ਚੋਰ ਹੈ, ਅਸੀਂ ਨੂੰ ਬਾਈ ਰਾਈਟਲੀ ਜਾਂ ਰੋਂਗਲੀ ਅਸੀਂ ਉਹਨੂੰ ਡਿਫੈਂਡ ਕਰਦੇ ਹਾਂ ਐਟ ਐਨੀ ਕੋਸਟ ਜੀ। ਮੇਰਾ ਮਤਲਬ ਦੇਖੋ ਤੁਸੀਂ ਰਾਈਟ ਸਮ ਦਾ ਵਰਡ ਤੁਸੀਂ ਜਾਣਦੇ ਹੀ ਆ ਕਿਵੇਂ ਹੋਇਆ। ਚਾਚੇ ਤਾਏ ਬਾਦਲ ਦੇ ਉਹ ਤੇ ਇਹ ਇੱਕ ਦੂਜੇ ਨੂੰ ਬਚਾਉਂਦੇ ਹੀ ਆ ਵੀ ਠੀਕ ਆ ਸਾਡਾ ਕਬਜ਼ਾ, ਅਸੀਂ ਚੋਰੀ ਕਰੀ ਜਾਈਏ ਤੇ ਅਸੀਂ ਬਸ ਆਪਦਾ ਸਾਰੇ ਪੰਜਾਬ ਨੂੰ ਬੇਵਕੂਫ ਬਣਾ। ਆਪਾਂ ਕਹਿ ਸਕਦੇ ਹਾਂ ਕਿ ਪੱਗਾਂ ਦੇ ਰੰਗ ਬਦਲੇ ਹਨ, ਝੰਡਿਆਂ ਦੇ ਰੰਗ ਬਦਲੇ ਹਨ, ਪਾਰਟੀ ਬਦਲੀ ਹੈ, ਲੇਕਿਨ ਹਾਲਾਤ ਉੱਥੇ ਦੇ ਉੱਥੇ ਉੱਥੇ ਬਿਲਕੁਲ ਉੱਥੋਂ ਵੀ ਵਰਸ ਹੋਈ ਜਾਂਦੇ ਹੈ ਜੀ। ਉੱਥੇ ਜਾਣ ਤਾਂ ਮੈਂ ਹੁਣ ਤੱਕ ਕੋਈ ਇਹ ਪੋਲੀਟੀਸ਼ੀਅਨ ਨਹੀਂ ਮੈਂ ਦੇਖਿਆ ਜੀ, ਖਾਸ ਕਰਕੇ ਹਿੰਦੁਸਤਾਨ ਦੇ, ਜੇ ਕਿਸੇ ਨੂੰ ਕਿਸੇ ਦੀ ਵਿਸ਼ੇਸ਼ਤਾ ਕਰਦਾ ਜੀ, ਕਿਸੇ ਨੂੰ ਕਹਿੰਦਾ, ਉਹਨਾਂ ਦੀ ਨੈਗੇਟਿਵ એનર્ਜੀ ਹੈਗੀ, ਉਹ ਫਲਾਣਾ ਨਿੰਦੋ, ਫਲਾਣਾ ਐ, ਫਲਾਣਾ ਐ। ਕਿਸੇ ਬੰਦੇ ਨੇ ਤੁਸੀਂ ਦੇਖ ਲਓ, ਜੇ ਕੋਈ ਚੰਗੀ ਸਟੇਟਮੈਂਟ ਦਿੰਦਾ ਕਿਸੇ ਪੋਲੀਟੀਸ਼ੀਅਨ ਨੇ ਦੇਖ ਲਓ, ਦੇ ਹੈਵ ਨੈਵਰ, ਉਹਨਾਂ ਦੀ ਹੌਸਲਾ ਅਫਜ਼ਾਈ ਨਹੀਂ ਕੀਤੀ ਵੀ ਇਹ ਬੰਦੇ ਨੇ ਚੰਗਾ ਕੰਮ ਕੀਤਾ। ਆਈ ਡੋਂਟ ਨੋ ਉਹਨਾਂ ਦੀ ਮਤ ਕਿੱਧਰ ਨੂੰ ਗਈ ਹੈ। ਅਨਫੋਰਚੁਨੇਟਲੀ ਜਿਹੜੇ ਆਪਣੇ ਦੇਸੀ ਪੰਜਾਬੀ ਲੋਕ ਹੈ ਜੀ, ਜਿਵੇਂ ਰਾਈਟਲੀ ਤੁਸੀਂ ਕਿਹਾ ਵੀ ਉਹਨਾਂ ਦਾ ਡਾਇਵਰਟ ਅਟੈਂਸ਼ਨ ਕਰਕੇ ਬਗਰਾੜੀ ਤੇ ਗੋਲੀ ਚਲਾਈ, ਐਂਡ ਵਿਦਆਊਟ ਬਿਗ ਜਿਹੜਾ ਰਾਜ ਕਰਦੇ ਆ ਉਹ, ਲੈਟ ਬੀ ਸੁਖਬੀਰ ਬਾਦਲ ਜਾਂ ਵੱਡਾ ਬਾਦਲ ਸਾਹਿਬ, ਉਹ ਵਟ ਦੇ ਸ਼ੁੱਡ ਡੂ, ਦੇ ਸ਼ੁੱਡ ਪੁੱਟ ਜਿਹੜੇ ਵੱਡੇ ਵੱਡੇ ਪੁਲਿਸ ਵਾਲੇ, ਇਹਨੂੰ ਤਾਂ ਦੇ ਨੋ ਕਿੰਨਾ ਨੂੰ ਦੇ ਐਵਰੀਥਿੰਗ ਇਨ ਰਾਈਟਿੰਗ ਹੈ, ਕਿਉਂਕਿ ਦੇ ਕਾਂਟ ਹਾਈਡ ਵੀ ਜੀ ਇਹ ਫਲਾਣੇ ਪੁਲਿਸ ਵਾਲੇ ਨੇ ਗੋਲੀ ਨਹੀਂ ਚਲਾਈ ਜੀ, ਕਿਉਂਕਿ ਠੀਕ ਹੈ ਗੋਲੀਆਂ ਬਦਲਤੀਆਂ ਹੋਣੀਆਂ, ਅਗਾਨ ਬਦਲੇ ਜੋ ਕਚਹਿਰੀ ਦੇ ਕਟਹਿਰੇ ਚ ਖੜੇ ਹੋਣਗੇ ਉਹਨਾਂ ਨੂੰ ਸਵੈਟ ਆਊ, ਦੇ ਵਿਲ ਹੈਵ ਟੂ ਸੇ ਵੀ ਮੈਨੂੰ ਫਲਾਣੇ ਇੰਸਪੈਕਟਰ ਨੇ ਕਿਹਾ, ਇੰਸਪੈਕਟਰ ਕਹੋ ਜੀ ਮੈਨੂੰ ਸੁਪਰਡੈਂਟ ਨੇ ਕਿਹਾ, ਸੁਪਰਡੈਂਟ ਕਹੂਗਾ ਜੀ ਮੈਨੂੰ ਬਾਦਲ ਸਾਹਿਬ ਦਾ ਹੁਕਮ ਹੈ, ਉਹਨਾਂ ਨੂੰ ਆਹ ਟੈਲੀਫੋਨ ਕੀਤੇ ਸਾਡੇ ਦੋ ਘੰਟੇ ਤਿੰਨ ਘੰਟੇ ਪਹਿਲਾਂ, ਦੇ ਆਰ ਡੈਫੀਨੇਟਲੀ ਟੂ ਬੀ ਬਲੇਮਡ। ਹੁਣ ਇਹ ਕਵਰ ਕਰਦਾ ਰਾਜਾ, ਜੇ ਉਹਨਾਂ ਨੂੰ ਇੱਕ ਦੂਜੇ ਦਾ ਨਾਂ ਹੁੰਦਾ, ਜੇ ਜਿੱਥੇ ਇਲੈਕਸ਼ਨ ਹੋਇਆ 2017 ਚ ਇਹਨੂੰ ਰਾਜੇ ਨੂੰ ਵੀ ਖੰਡ ਦੀ ਜ਼ਰੂਰ ਸੀ, ਉੱਥੇ ਬਾਦਲ ਦੇ ਅਗੇਂਸਟ, ਸੁਖਬੀਰ ਦੇ ਅਗੇਂਸਟ ਇਹਨਾਂ ਨੇ ਉਹ ਮੁੰਡੇ ਨੂੰ ਕਢਾਇਆ ਸੀ ਜਿਹੜਾ ਹੁਣ ਵੀ ਹੈਗਾ ਉਹ ਬੇਅੰਤ ਦਾ, ਉਹ ਵੀ ਚਲੋ ਇਹਨਾਂ ਦੇ ਬਸ ਇਹਨਾਂ ਦੀ ਬਿਲਕੁਲ ਪੱਗਾਂ ਕੀ ਬਦਲੀਆਂ, ਇਹਨਾਂ ਦੀ ਨੀਤੀ ਸਾਰਿਆਂ ਦੀ ਇੱਕੋ ਇੰਨੀ ਗੰਦਲੀ ਹੈ। ਇਨਫੈਕਟ ਮੈਨੂੰ ਸਮਝ ਨਹੀਂ ਆਉਂਦੀ ਇਹ ਲੋਕ, ਪੰਜਾਬੀ ਲੋਕ ਇਹਨਾਂ ਨੂੰ ਚੁਣਦੇ ਕਿਉਂ ਹੈ। ਸੋ ਵਟ ਯੂ ਥਿੰਕ ਕੀ ਕਰਨਾ ਚਾਹੀਦਾ ਸਾਨੂੰ, ਵਟ ਵੀ ਹੈਵ ਟੂ ਡੂ? ਇਹ ਸਾਰਿਆਂ ਨੂੰ ਵੱਡੀ ਗੱਲ ਹੈ ਅਵੇਅਰਨੈਸ, ਅਵੇਅਰਨੈਸ ਜਿਹੜੇ ਆਪਣੇ ਲੋਕ ਆ ਉਹਨਾਂ ਨੂੰ ਇੰਨਾ ਇਹਨਾਂ ਨੇ ਚੱਕਰਨ ਦੇ ਵਿੱਚ ਪਾਇਆ ਇਕਨੋਮਿਕਲੀ ਐਂਡ ਕਲਚਰਲੀ, ਉਹਨਾਂ ਨੂੰ ਹੋਰ ਸੋਚਣ ਦੀ ਪਹਿਲੀ ਗੱਲ ਤਾਂ ਦਿੰਦੇ ਹੀ ਨਹੀਂ, ਕੋਈ ਰਾਹ ਨਹੀਂ ਦਿੰਦੇ। ਜਿਹੜੇ ਯੰਗਸਟਰ ਆ ਉਹ ਸਾਡਾ ਜੀ, ਮੇਰਾ ਦਾਦਾ ਅਕਾਲੀ ਸੀ, ਉਹ ਮੈਂ ਵੀ ਅਕਾਲੀ ਹਾਂ, ਪਰ ਇਹ ਅਗਲੇ ਅਕਾਲੀ ਨਹੀਂ ਹੈ, ਇਹ ਹੁਣ ਅਕਾਲੀ ਬਦਲਦੇ ਹਨ, ਜਿਵੇਂ ਕਿ ਤੁਸੀਂ ਆਪਾਂ ਕਮੀਜ਼ਾਂ ਬਦਲਦੇ ਹਾਂ ਜੀ 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 ਜੀ। ਇੱਕੋ ਹੀ ਰਾਹ ਹੈ ਜਿਹੜਾ ਕਿ ਸਾਰੇ ਸਿੱਖ ਜਿਵੇਂ ਇਕੱਠੇ ਹੋਣਾ ਤਾਂ ਬਹੁਤ ਮੁਸ਼ਕਿਲ ਹੈ, ਕਿਉਂਕਿ ਗੁਰਦੁਆਰਾ ਖੋਲਦੇ ਪਿੱਛੋਂ ਤੇ ਲੜਾਈ ਪਹਿਲਾਂ ਕਰ ਲੈਂਦੇ ਹੈ। ਇਸੇ ਵਾਸਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਮੈਨੂੰ ਬਹੁਤਾ ਜ਼ਿਆਦਾ ਨਹੀਂ ਪਤਾ, ਮੈਨੂੰ ਇਹ ਪਤਾ ਵੀ ਉਹ ਮਹਾਰਾਜਾ ਸਿੰਘ ਜਿੱਥੇ ਫਤਿਹ ਕਰ ਲੈਂਦਾ ਸੀ ਉਹਨੂੰ ਕਹਿੰਦੇ ਸੀ ਗੱਲ ਸੁਣ, ਤੂੰ ਇਹਨੂੰ ਸੰਭਾਲ ਚੱਲ, ਤੈਨੂੰ ਤੂੰ ਮੈਨੂੰ ਇੰਨਾ ਚੰਦਾ ਦੇ ਦਿਆ ਕਰ। ਸੇਮ ਥਿੰਗ ਹੁਣ ਜਿਹੜੇ ਗੁਰਦੁਆਰੇ ਦੇ ਦਿਖਾਣਾ ਸਾਰੀਆਂ ਚੈਰਿਟੀ ਦਾ, ਤੁਸੀਂ ਦੇਖੋ ਤੁਸੀਂ ਹੁਣੇ ਮੈਂਸ਼ਨ ਕੀਤਾ ਸੀ ਸਿੱਖ ਖਾਲਸਾ ਇੰਸਟੀਟਿਊਸ਼ਨ ਹੈ, ਸਾਰੇ ਜਿਹੜੇ ਚੈਨਲ ਆ ਰਹੇ ਅਪਾਰਟ ਫਰੋਮ ਯੂ ਆਈ ਐਮ ਸੋਰੀ, ਸਾਰੇ ਉਹ ਅਸੀਂ ਆਏ ਕਰਦੇ ਹਾਂ ਜੀ, ਇਫ ਯੂ ਗੈਟ ਟੂਗੈਦਰ
ਜੇ ਸਿੱਖ ਇਹ ਗੱਲ ਦੇ ਪਿੱਛੇ ਕਹਿ ਜਾਣ ਜੀ, ਉਹ ਇਹਨਾਂ ਨੂੰ ਕਦੇ ਇਹ ਤਾਂ ਨਹੀਂ ਉਹ ਆਪਦਾ ਪ੍ਰੋਪੇਗੰਡੇ ਕਰਦੇ ਹਾਂ ਵੀ ਅਸੀਂ ਚੈਨਲ ਚਲਾਉਣੀ ਹੈ ਜੀ ਜੀ ਜੀ, ਉਹ ਤਾਂ ਨਹੀਂ ਪ੍ਰੋਪੇਗੰਡਾ ਕਰਦੇ ਨਾ ਅਸੀਂ, ਵੱਧ ਦੂ ਜਿੱਥੇ ਤਕਲੀਫ ਉੱਥੇ ਉਹ ਜਾਂਦੇ ਆ ਜੀ ਜੀ, ਸੇਮ ਇਸ ਜਿਵੇਂ ਲਾਇਨ ਕਲੱਬ ਤੁਸੀਂ ਜਾਣਦੇ ਹੋਗੇ ਸ਼ਾਇਦ ਸਾਰੀ ਦੁਨੀਆ ਦੇ ਵਿੱਚ ਜੀ ਜੀ ਜੀ, ਬਟ ਇਹ ਨਹੀਂ ਦੇਖੋ ਜਿਨ੍ਹਾਂ ਨੇ ਕੰਮ ਕਰਨਾ ਹੈ ਉਹਨਾਂ ਦਾ ਕੰਮ ਦਿਸਦਾ ਹੈ, ਉਹਨਾਂ ਨੇ ਕੰਮ ਕਰਕੇ ਵਿਖਾ ਦੇਣਾ ਔਰ ਉਹਨਾਂ ਨੇ ਸ਼ੋਰ ਨਹੀਂ ਪਾਉਣਾ, ਔਰ ਮੈਨੂੰ ਲੱਗਦਾ ਕਿ ਇਹੀ ਇਹੀ ਸਾਡੇ ਪੰਜਾਬ ਦੇ ਵਿੱਚ ਹੁਣ ਪੋਲੀਟਿਕਸ ਦਾ ਮਿਆਰ ਇਸ ਕਦਰ ਵੱਧ ਚੁੱਕਿਆ ਹੈ ਕਿ ਉਹਨਾਂ ਨੇ ਸਿਰਫ ਰੌਲਾ ਪਾਉਣਾ, ਕੰਮ ਨਹੀਂ ਕਰਕੇ ਵਿਖਾਉਣਾ, ਔਰ ਸਿਰਫ ਲੋਕਾਂ ਦਾ ਜਿਹੜਾ ਮਨ ਹੈ ਔਰ ਲੋਕਾਂ ਦਾ ਜਿਹੜਾ ਜ਼ਿਹਨ ਹੈ ਔਰ ਉਹਨਾਂ ਦੇ ਦਿਮਾਗ ਨੂੰ ਡਾਇਵਰਟ ਕਰਕੇ ਆਪਣੀ ਸਿਆਸਤ ਨੂੰ ਚਮਕਾਉਣਾ ਔਰ ਸਿਆਸੀ ਫੁਲਕੇ ਰੋਟੀ ਦੇ ਉੱਤੇ ਐਂ ਗਰਮ ਤਰੀਕੇ ਨਾਲ ਸੇਕਣੇ। ਦੇਖੋ ਨਾ ਹਿੰਮਤ ਸਿੰਘ ਪਤਾ ਨਹੀਂ ਕਿਹਾ ਜਿਹੜਾ ਉਹਦੇ ਉਹਨੂੰ ਤਰੱਕੀ ਦੇ ਦਿੱਤੀ ਇਹਨਾਂ ਨੇ ਪੰਜਾਬੀ, ਕਹਿੰਦੇ ਭਾਈ ਅਸੀਂ ਆਉਣਾ ਹੀ ਨਹੀਂ, ਕੋਈ ਸਟੇਟਮੈਂਟ ਨਹੀਂ ਦਿੱਤੀ ਇਹਨਾਂ ਨੇ ਰਣਜੀਤ ਸਿੰਘ ਨੂੰ। ਹੁਣ ਜਦੋਂ ਪਤਾ ਲੱਗਦਾ ਸੇਕ ਆਉਂਦਾ ਉਹਨੂੰ ਪਹਿਲਾਂ ਅਗਵਾਈ ਦਵਾਤੀ, ਫਿਰ ਪਿੱਛੋਂ ਕਹਿੰਦੇ ਵੀ ਇਹਨਾਂ ਦਾ ਪੋਲੀਟੀਸ਼ੀਅਨ ਸੀ, ਹੁਣ ਪੈਸੇ ਲੈ ਕੇ ਉਹਦੇ ਭਰਾ ਨੂੰ ਵੱਡਾ ਗ੍ਰੰਥੀ ਬਣਾ ਤਾ ਤੇ ਹੁਣ ਉਹ ਕਹਿੰਦਾ ਜੀ ਹਾਂ ਸਾਰੀ ਬਿਲਕੁਲ ਚੋਰੀ ਹੈ। ਚਲੋ ਜੀ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ। ਮੇਰੇ ਨਾਲ ਹੋਰ ਵੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ? ਤਿੰਨ ਤਰ੍ਹਾਂ ਦੀ ਰਿਪੋਰਟ ਹੁੰਦੀ ਹੈ, ਇੱਕ ਹੁੰਦੀ ਹੈ ਕੋਈ ਰਾਈਟ ਰਿਪੋਰਟ ਹੈ ਨਾ, ਇਹ ਦਫਾ ਵੀ ਗੋ ਅੰਡਰ ਟੇਬਲ, ਦੂਸਰੀ ਹੁੰਦੀ ਵਾਈਟ ਵਾਸ਼ ਰਿਪੋਰਟ, ਉਹਦਾ ਕੋਈ ਸੱਚ ਲਿਖਿਆ ਹੀ ਨਹੀਂ ਜਾਂਦਾ, ਤੀਸਰੀ ਜੇ ਲਿਖਤਾ ਸੱਚੀ ਰਿਪੋਰਟ, ਇਫ ਇਟ ਇਫ ਕੰਪਰੋਮਾਈਜ਼ ਦੀ ਜਾਂ ਫਰਾਡੀ ਲਿਖੇ ਹੋਏ ਉਹ ਪਹਿਲਾਂ ਰੈਜ਼ਿਗਨੇਸ਼ਨ ਦੇ ਦੇਗਾ, ਤੇ ਸੰਤ ਮਾਤੇ ਨੂੰ ਕੰਪਰੋਮਾਈਜ਼ ਜੇ ਅਸੀਂ ਸਿਕਿਉਰਿਟੀ ਕਰਦੇ ਹਾਂ, ਧਿਆਨ ਸੁਣੀ ਜਰਾ, ਉਹ ਇੱਕ ਬੰਦਾ ਰਣਜੀਤ ਸਿੰਘ ਉਹਦਾ ਵੀ ਨਾਲ, ਉਹ ਜਦੋਂ ਮੈਂ ਜਾਣਾ ਸੈਂਟਰ ਦੇ ਵਿੱਚ ਉਹ ਮੈਨੂੰ ਕਹਿੰਦਾ ਤੂੰ ਏਦਾਂ ਇੱਥੇ ਵੈਲ ਇੱਥੇ ਵੈਲ ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਸਤਿ ਸ਼੍ਰੀ ਅਕਾਲ ਜੀ, ਹਰਕੀਰਤ ਸਿੰਘ ਜੀ ਤੇ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਰਕੀਰਤ ਸਿੰਘ, ਤੁਸੀਂ ਨਾ ਕਿਹਾ ਕਿ ਆਪਾਂ ਨੂੰ ਕੀ ਸੋਚਣਾ ਚਾਹੀਦਾ, ਸੋ ਇਸ ਕਰਕੇ ਮੈਂ ਇਹਦੇ ਵਿੱਚ ਇੱਕ ਐਡ ਹੀ ਕਰਨੀ ਗੱਲ ਜੀ ਜੀ, ਕਿ ਪਹਿਲੀ ਗੱਲ ਤਾਂ ਮੈਂ ਕਹਿੰਦਾ ਹੁੰਦਾ ਕਿ ਇਸ ਮਾਮਲੇ 'ਚ ਸਾਨੂੰ ਸਿਆਸਤ ਨਹੀਂ ਚਾਹੀਦੀ, ਇਹਦੇ 'ਚ ਸਾਰੇ ਸਿੱਖ ਆ, ਭਾਵੇਂ ਉਹ ਕਾਂਗਰਸ 'ਚ ਬੈਠੇ ਆ, ਚਾਹੇ ਆਮ ਆਦਮੀ 'ਚ ਬੈਠੇ ਆ, ਚਾਹੇ ਸ਼੍ਰੋਮਣੀ ਅਕਾਲੀ ਦਲ 'ਚ ਬੈਠੇ ਆ, ਜਾਂ ਦੂਜੇ ਅਕਾਲੀ ਦਲ ਵੀ ਹੈਗੇ ਆ, ਜਿੱਥੇ ਵੀ ਹੈਗੇ ਆ, ਇਹ ਆਪਣਾ ਸਾਂਝਾ ਮਸਲਾ ਆ ਤੇ ਇੱਕ ਬਹੁਤ ਜ਼ਰੂਰੀ ਆ। ਬਹੁਤ ਸਾਰੇ ਲੋਕੀ ਉਂਗਲੀਆਂ ਚੱਕਦੇ ਆ, ਮੈਂ ਕਹੂੰਗਾ ਜਦ ਤੱਕ ਸਾਡੇ ਕੋਲ ਕਿਸੇ ਦਾ ਸਬੂਤ ਹੀ ਨਹੀਂ ਤੇ ਕਿਸੇ ਦੇ ਉੱਤੇ ਉਂਗਲੀ ਚੱਕਣੀ ਕਿੰਨੀ ਦੁੱਖਦਾਈ ਗੱਲ ਆ ਕਿ ਕਿਸੇ ਨੂੰ ਐਵੇਂ ਕਹਿ ਦੇਣਾ ਲਓ ਵੀ ਤੁਸੀਂ ਕਰਾਇਆ। ਹਾਂਜੀ, ਤੇ ਮੈਨੂੰ ਮੇਰਾ ਦਿਲ ਕਹਿੰਦਾ ਕਿ ਕੋਈ ਸਿੱਖ ਨਹੀਂ ਕਰ ਸਕਦਾ ਇਹ ਜੀ, ਇਹ ਸਾਡੇ ਵਿੱਚ ਸ਼ਾਇਦ ਕਿਸੇ ਨੇ ਲੜਾਈ ਪਾਉਣ ਲਈ ਇਹ ਸ਼ੁਰੂ ਕੀਤਾ ਜੀ, ਇਹ ਗੈਰ ਸਿੱਖ ਦਾ ਕੰਮ ਲੱਗਦਾ ਮੈਨੂੰ। ਚਲੋ ਜਿਹੜੀ ਸੋਚਣ ਦੀ ਗੱਲ ਆ ਜੀ, ਹੁਣ ਆਪਾਂ ਅੱਗੇ ਚੱਲਣ ਦੀ ਗੱਲ ਕਰਦੇ ਹਾਂ, ਮੈਂ ਉਹਦੇ ਤੇ ਚੱਲਣ ਆਪਾਂ ਬਹੁਤ ਘੱਟ ਪਾਉਂਦੇ ਹਾਂ, ਮੈਂ ਉਹ ਕਹਿਣਾ ਚਾਹੁੰਦਾ ਕਿ ਅਸੀਂ ਏਦਾਂ ਦੀ ਕੋਈ ਚੀਜ਼ ਕਰੀਏ ਤਾਂ ਕਿ ਏਦਾਂ ਦਾ ਹਾਦਸਾ ਮੁੜ ਕੇ ਨਾ ਹੋਵੇ। ਕਰੈਕਟ, ਆਈ ਥਿੰਕ ਅ ਵੈਲਿਡ ਵੈਲਿਡ ਪੁਆਇੰਟ ਤੁਸੀਂ ਰੇਜ਼ ਕੀਤਾ ਜੀ। ਹਾਂਜੀ, ਇਹਦੇ 'ਚ ਅਸੀਂ ਸ਼੍ਰੋਮਣੀ ਕਮੇਟੀ ਨੂੰ ਵੀ ਰਿਕੁਐਸਟ ਕਰਾਂਗੇ, ਹੋਰ ਦਾਦੇ ਜਿਹੜੇ ਹੈਗੇ ਆ, ਸਿਰਫ ਇਹ ਕਰਕੇ ਕਿ ਸ਼੍ਰੋਮਣੀ ਕਮੇਟੀ ਨੂੰ ਆਲੋਚਨਾ ਕਰੀ ਜਾਓ, ਤੇ ਉਹਨਾਂ ਮੈਂ ਪੁੱਛਣਾ ਚਾਹੁੰਦਾ ਤੁਸੀਂ ਕਿੱਥੇ ਆ, ਉਹਨਾਂ ਦੇ ਤਾਂ ਤੁਸੀਂ ਉਂਗਲੀਆਂ ਚੱਕੀ ਜਾਂਦੇ ਆ, ਉਹਦੀ ਕੋਸ਼ਿਸ਼ ਕਰਦੇ, ਤੁਸੀਂ ਕੀ ਕਰਦੇ, ਤੁਸੀਂ ਵੀ ਉੱਥੇ ਹੀ ਆ, ਬਜਾਏ ਉਹਨਾਂ ਦੀ ਜਿਹੜੀ ਲਾਈਫ ਆ ਜਾਂ ਉਹਨਾਂ ਦੀ ਜੋਬ ਹੋਲ ਹਾਰਡ ਕਰਨ ਦੀ ਬਜਾਏ ਅਸੀਂ ਉਹਨਾਂ ਦਾ ਹੱਥ ਬਟਾਈਏ, ਹਰ ਇੱਕ ਦਾ ਬਟਾਈਏ, ਤੇ ਜਿਹੜੇ ਸਪੈਸ਼ਲੀ ਬਾਹਰ ਲੋਕ ਬੈਠੇ ਆ ਜਿਹਨਾਂ ਨੂੰ ਇਸ ਚੀਜ਼ ਦਾ ਕਰਦੇ ਆ, ਮੈਂ ਕਹੂੰਗਾ ਜਿੱਥੇ ਮਹਾਰਾਜ ਦੀ ਬੀਟ ਬਿਰਾਜਮਾਨ ਆ ਉੱਥੇ ਇਸ ਤਰ੍ਹਾਂ ਦਾ ਕੰਮ ਕੋਈ ਸੀਸੀਟੀਵੀ ਕਰ ਲਓ ਜਾਂ ਉਸ ਤਰ੍ਹਾਂ ਦੀ ਇਹਨਾਂ ਪਹਿਲੇ ਰੱਖੀਏ ਅਸੀਂ, ਤਾਂ ਕਿ ਕੁਛ ਹੋ ਹੀ ਨਾ ਸਕੇ। ਠੀਕ ਹੈ ਜੀ, ਤੇ ਇਹ ਜਿਹੜੀ ਪਿਛਲੀਆਂ ਰਿਪੋਰਟਾਂ ਆ ਉਹ ਹੁਣ ਆ ਗਈ ਜਾਂ ਨਾ ਆ ਗਈ, ਜਿਹੜਾ ਹਾਦਸਾ ਵਰਤਣਾ ਉਹ ਤਾਂ ਵਰਤ ਹੀ ਗਿਆ ਜੀ ਜੀ, ਤੇ ਅੱਗੇ ਤੋਂ ਧਿਆਨ ਰੱਖੀਏ ਕਿ ਆਪਾਂ ਕਿਸ ਤਰੀਕੇ ਨਾਲ ਕਰ ਸਕਦੇ ਹਾਂ ਜੀ। ਹਾਂਜੀ ਹਾਂਜੀ, ਉਹ ਆਪਾਂ ਤਾਂ ਕਿ ਕਾਹ ਦੀ ਸੇਫਟੀ ਸੋਚੀਏ, ਅਗਰ ਆਪਾਂ ਪਿਛਲੇ ਨੂੰ ਹੀ ਬੈਠੇ ਰਹੇ ਤਾਂ ਉਹ ਮੋਦੇ ਹੋਰ ਹੋਈ ਜਾਣਗੇ, ਤਾਂ ਇਹ ਹੁੰਦੇ ਵੀ ਹੈ ਜਿੱਦਾਂ ਤੁਸੀਂ ਪਹਿਲਾਂ ਆਲਰੇਡੀ ਕਿਹਾ ਕਿ ਮੋਦੇ ਚੋਣਾਂ ਆ ਰਹੀਆਂ ਜੀ। ਹਾਂਜੀ, ਇਹ ਚੋਣਾਂ ਦੇ ਵਿੱਚ ਵੀ ਗਵਰਨਮੈਂਟ ਨੂੰ ਕੋਈ ਬਦਨਾਮ ਕਰਨ ਵਾਸਤੇ ਜਾਂ ਕਿਸੇ ਲੀਡਰ ਨੂੰ ਬਦਨਾਮ ਕਰਨ ਵਾਸਤੇ ਇਹ ਕੰਮ ਕੀਤਾ ਜਾ ਸਕਦਾ, ਕਰਿਆ ਜਾ ਸਕਦਾ, ਆਪਾਂ ਨੂੰ ਉੱਥੇ ਪ੍ਰੋਟੈਕਸ਼ਨ ਜ਼ਿਆਦਾ ਜ਼ਰੂਰੀ ਆ, ਉੱਥੇ ਕੰਸਨਟ੍ਰੇਟ ਕਰੋ, ਔਰ ਡੈਫੀਨੇਟਲੀ ਆਪਣੇ ਭਰਾ ਮਾਧੂ ਬਿਆਨ ਨਾ ਦਿਓ, ਲੜਾਈਆਂ ਨਾ ਕਰੋ, ਜਿੱਥੇ ਮੈਂ ਕੋਈ ਵੀ ਪਾਰਟੀ ਆ, ਧੰਨਵਾਦ, ਮੈਂ ਉਹਨਾਂ ਪਾਰਟੀਆਂ ਨੂੰ ਲਾਈਕ ਕਰਦਾ ਜਾਂ ਨਹੀਂ, ਮੈਂ ਉਹਨਾਂ ਦੇ ਸਿੱਖਾਂ ਨੂੰ ਫਿਊਚਰ ਨੂੰ ਸਿਕਿਉਰ ਕਰੀਏ ਬਾਈ ਸਿਕਿਉਰ ਆਰਸੈਲ। ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਧੰਨਵਾਦ ਜੀ। ਮੇਰੇ ਨਾਲ ਹੋਰ ਵੀ ਕਾਲਰਸ ਨੇ, ਉਹਨਾਂ ਦੀ ਵੀ ਕਾਲ ਚੱਲ ਰਹੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ?
ਕਿੱਥੋਂ ਬੋਲ ਰਹੇ ਹੋ? ਮੈਂ ਪਾਲਾ ਸਿੱਧੂ ਬੋਲਦਾ ਜੀ, ਇੰਗਲੈਂਡ ਜੀ। ਪਾਲਾ ਜੀ ਤੁਸੀਂ ਹੋਲਡ 'ਤੇ ਰਹੇ ਹੋ, ਮੈਂ ਤੁਹਾਨੂੰ ਹੋਲਡ ਦੇ ਵਿੱਚ ਪਾ ਰਿਹਾ, ਆਪਣੀ ਫੋਨ ਕਾਲ ਨੂੰ ਨਾ ਕੱਟਿਓ। ਮੈਨੂੰ ਇੱਥੇ ਇੱਕ ਜਲਦ ਫਟਾਫਟ ਵਾਲੀ ਬ੍ਰੇਕ ਲੈ ਰਿਹਾ, ਬਸ ਜਲਦ ਤੋਂ ਜਲਦ ਮੈਂ ਵਾਪਸ ਆ ਰਿਹਾ, ਫਿਰ ਮੈਂ ਤੁਹਾਡੇ ਪ੍ਰਤੀਕਰਮ ਜ਼ਰੂਰ ਜਾਣਾਂਗਾ ਇਸ ਬ੍ਰੇਕ ਤੋਂ ਉਸ ਪਾਰ।